ਆਪ ਜੀ ਨਾਲ ਕੁਛ ਭੈਣ ਕੁਲਵਿੰਦਰ ਕੌਰ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਕਰਨੀ ਆ। ਬਹੁਤ ਸਾਰੇ ਮੀਡੀਆ ਤੋਂ ਜਿਹੜੇ ਆ ਫੋਨ ਕਾਲ ਆ ਰਹੇ ਆ ਕਿ ਉਹਨਾਂ ਦੀ ਜਿਹੜੀ ਪੋਸਟਿੰਗ ਆ ਉਹ ਬੰਗਲੌਰ ਹੋ ਗਈ ਆ। ਔਰ ਅੱਜ ਦੱਸਣਾ ਚਾਹੁੰਦੇ ਹਾਂ ਕਿ ਪੋਸਟਿੰਗ ਜਿਹੜੀ ਆ ਭਾਅ ਜੀ ਵੀ ਅਤੇ ਭੈਣ ਜੀ ਦੋਵੇਂ ਇੱਕੇ ਹੀ ਮਹਿਕਮੇ ਦੇ ਵਿੱਚ ਆ, ਇਸ ਕਰਕੇ ਭਾਅ ਜੀ ਦੀ ਜਿਹੜੀ ਪੋਸਟਿੰਗ ਆ ਉਹ ਬੰਗਲੌਰ ਹੋਈ ਆ, ਇਹਨਾਂ ਨੂੰ ਨਾਲ ਜਿਹੜਾ ਵਾ ਅਟੈਚ ਕੀਤਾ ਗਿਆ ਵਾ ਔਰ ਇਹਨਾਂ ਦੀ ਇੱਥੋਂ ਜਗ੍ਹਾ ਜਿਹੜੀ ਉਹ ਬਦਲੀ ਗਈ ਆ। ਔਰ ਬੱਚੇ ਪਹਿਲਾਂ ਮੇਰੇ ਕੋਲ ਸੀਗੇ, ਬੱਚੇ ਵੀ ਉਹਨਾਂ ਦੇ ਕੋਲ ਆ ਇਸ ਟਾਈਮ, ਉਹਨਾਂ ਨੂੰ ਉੱਥੇ ਐਡਮਿਸ਼ਨ ਮਿਲ ਗਈ ਆ ਕਿਉਂਕਿ ਛੋਟੇ ਆ ਬੱਚੇ, ਪਹਿਲੀ ਦੂਜੀ ਵਾਲੇ ਆ, ਔਰ ਬੱਚੇ ਸਕੂਲ ਜਾ ਰਹੇ ਆ ਅਤੇ ਭਾਅ ਜੀ ਆਪਣੀ ਡਿਊਟੀ 'ਤੇ ਜਾ ਰਹੇ ਆ ਅਤੇ ਭੈਣ ਇਸ ਟਾਈਮ ਜਿਹੜੇ ਉਹਨਾਂ ਨੂੰ ਉੱਥੇ ਕੁਆਟਰ ਮਿਲੇ ਆ ਉਹਨਾਂ ਦੇ ਵਿੱਚ ਰਹਿ ਰਹੇ ਆ ਅਤੇ ਨਕਵਾਰੀ ਚੱਲ ਰਹੀ ਆ। ਔਰ ਜਿੰਨਾ ਚਿਰ ਨਕਵਾਰੀ ਚੱਲਦੀ ਆ, ਜਿੰਨਾ ਚਿਰ ਕੋਈ ਫੈਸਲਾ ਨਹੀਂ ਆਉਂਦਾ, ਆਪਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਉਨ ਚਿਰ ਕਰ ਸਕਦੇ ਕਿਉਂਕਿ ਨਕਵਾਰੀ ਚੱਲਦੀ ਆ। ਨਕਵਾਰੀ ਦੇ ਵਿੱਚ ਕੀ ਫੈਸਲਾ ਆਉਂਦਾ ਵਾ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ। ਔਰ ਭੈਣ ਜੀ ਹੁਣੀ ਚੜ੍ਹਦੀ ਕਲਾ ਦੇ ਵਿੱਚ ਆ, ਪਰਿਵਾਰ ਸਾਰਾ ਚੜ੍ਹਦੀ ਕਲਾ ਦੇ ਵਿੱਚ ਆ ਔਰ ਚੜ੍ਹਦੀ ਕਲਾ ਦੇ ਵਿੱਚ ਹੀ ਰਹੂਗਾ। ਔਰ ਦੂਸਰੀ ਆ ਜਿਹੜਾ ਕਦੇ ਕਦੇ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ 'ਤੇ ਗੱਲ ਆ ਜਾਂਦੀ ਆ ਮਾਫੀ ਦੀ, ਮਾਫੀ ਨਾਂ ਦਾ ਸਾਡੇ ਕੋਲ ਸ਼ਬਦ ਹੈ ਨਹੀਂ। ਜੇ ਕੰਗਣਾ ਜੀ ਨੇ ਪੂਰੇ ਭਾਰਤ ਦਾ ਅੰਦੋਲਨ ਸੀਗਾ ਅਤੇ ਉਹਦੇ ਵਿੱਚ ਕਿਹਾ ਸੀਗਾ ਵੀ ਇਹ ਜਿਹੜੀਆਂ ਬੀਬੀਆਂ ਵਾਂ ਇਹ ਟਕੇ ਟਕੇ ਦੀਆਂ ਬੀਬੀਆਂ, 200-200, 400-400 ਤੇ ਦਿਹਾੜੀ ਆਉਂਦੀਆਂ ਵਾਂ, ਇੱਥੇ ਰੋਟੀਆਂ ਪਕਾਉਣ ਆਉਂਦੀਆਂ ਵਾਂ, ਅਤੇ ਜੇ ਕੰਗਣਾ ਜੀ ਨੇ ਨਹੀਂ ਹੁਣ ਤੱਕ ਮਾਫੀ ਮੰਗੀ ਤਾਂ ਫਿਰ ਸਾਡੇ ਤੋਂ ਕੋਈ ਆਸ ਜਿਹੜੀ ਉਹ ਮਾਫੀ ਦੀ ਨਾ ਰੱਖੀ ਜਾਵੇ। ਇਹ ਦਰਅਸਲ ਜਿਹੜਾ ਥੱਪੜ ਆ ਇਹ ਕੰਗਣਾ ਜੀ ਦੀ ਨਹੀਂ, ਇਹ ਸਿਸਟਮ ਦੇ ਵਜ੍ਹਾ ਵਾ। ਇਸ ਕਰਕੇ ਭੈਣ ਜੀ ਹੁਣੀ ਚੜ੍ਹਦੀ ਕਲਾ ਦੇ ਵਿੱਚ ਆ, ਉਹ ਇਸ ਟਾਈਮ ਬੰਗਲੌਰ ਆ, ਭਾਅ ਜੀ ਦੀ ਪੋਸਟਿੰਗ ਹੋਈ ਆ, ਉਹਨਾਂ ਨਾਲ ਅਟੈਚ ਕੀਤਾ ਗਿਆ ਵਾ ਔਰ ਚੜ੍ਹਦੀ ਕਲਾ ਦੇ ਵਿੱਚ ਆ ਔਰ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਗੇ। ਆਪ ਜੀ ਨਾਲ ਕੁਛ ਭੈਣ ਕੁਲਵਿੰਦਰ ਕੌਰ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਕਰਨੀ ਆ। ਬਹੁਤ ਸਾਰੇ ਮੀਡੀਆ ਤੋਂ ਜਿਹੜੇ ਆ ਫੋਨ ਕਾਲ ਆ ਰਹੇ ਆ ਕਿ ਉਹਨਾਂ ਦੀ ਜਿਹੜੀ ਪੋਸਟਿੰਗ ਆ ਉਹ ਬੰਗਲੌਰ ਹੋ ਗਈ ਆ। ਔਰ ਅੱਜ ਦੱਸਣਾ ਚਾਹੁੰਦੇ ਹਾਂ ਕਿ ਪੋਸਟਿੰਗ ਜਿਹੜੀ ਆ ਭਾਅ ਜੀ ਵੀ ਅਤੇ ਭੈਣ ਜੀ ਦੋਵੇਂ ਇੱਕੇ ਹੀ ਮਹਿਕਮੇ ਦੇ ਵਿੱਚ ਆ, ਇਸ ਕਰਕੇ ਭਾਅ ਜੀ ਦੀ ਜਿਹੜੀ ਪੋਸਟਿੰਗ ਆ ਉਹ ਬੰਗਲੌਰ ਹੋਈ ਆ। ਇਹਨਾਂ ਨੂੰ ਨਾਲ ਜਿਹੜਾ ਵਾ ਅਟੈਚ ਕੀਤਾ ਗਿਆ ਵਾ ਔਰ ਇਹਨਾਂ ਦੀ ਇੱਥੋਂ ਜਗ੍ਹਾ ਜਿਹੜੀ ਉਹ ਬਦਲੀ ਗਈ ਆ। ਔਰ ਬੱਚੇ ਪਹਿਲਾਂ ਮੇਰੇ ਕੋਲ ਸੀਗੇ, ਬੱਚੇ ਵੀ ਉਹਨਾਂ ਦੇ ਕੋਲ ਆ ਇਸ ਟਾਈਮ, ਉਹਨਾਂ ਨੂੰ ਉੱਥੇ ਐਡਮਿਸ਼ਨ ਮਿਲ ਗਈ ਆ ਕਿਉਂਕਿ ਛੋਟੇ ਆ ਬੱਚੇ, ਪਹਿਲੀ ਦੂਜੀ ਵਾਲੇ ਆ ਔਰ ਬੱਚੇ ਸਕੂਲ ਜਾ ਰਹੇ ਆ ਅਤੇ ਭਾਅ ਜੀ ਆਪਣੀ ਡਿਊਟੀ 'ਤੇ ਜਾ ਰਹੇ ਆ ਅਤੇ ਭੈਣ ਇਸ ਟਾਈਮ ਜਿਹੜੇ ਉਹਨਾਂ ਨੂੰ ਉੱਥੇ ਕੁਆਟਰ ਮਿਲੇ ਆ ਉਹਨਾਂ ਦੇ ਵਿੱਚ ਰਹਿ ਰਹੇ ਆ ਅਤੇ ਨਕਵਾਰੀ ਚੱਲ ਰਹੀ ਆ। ਔਰ ਜਿੰਨਾ ਚਿਰ ਨਕਵਾਰੀ ਚੱਲਦੀ ਆ, ਜਿੰਨਾ ਚਿਰ ਕੋਈ ਫੈਸਲਾ ਨਹੀਂ ਆਉਂਦਾ, ਆਪਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਉਨ ਚਿਰ ਕਰ ਸਕਦੇ ਕਿਉਂਕਿ ਨਕਵਾਰੀ ਚੱਲਦੀ ਆ। ਨਕਵਾਰੀ ਦੇ ਵਿੱਚ ਕੀ ਫੈਸਲਾ ਆਉਂਦਾ ਵਾ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ। ਔਰ ਭੈਣ ਜੀ ਹੁਣੀ ਚੜ੍ਹਦੀ ਕਲਾ ਦੇ ਵਿੱਚ ਆ, ਪਰਿਵਾਰ ਸਾਰਾ ਚੜ੍ਹਦੀ ਕਲਾ ਦੇ ਵਿੱਚ ਆ ਔਰ ਚੜ੍ਹਦੀ ਕਲਾ ਦੇ ਵਿੱਚ ਹੀ ਰਹੂਗਾ। ਔਰ ਦੂਸਰੀ ਆ ਜਿਹੜਾ ਕਦੇ ਕਦੇ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ 'ਤੇ ਗੱਲ ਆ ਜਾਂਦੀ ਆ ਮਾਫੀ ਦੀ, ਮਾਫੀ ਨਾਂ ਦਾ ਸਾਡੇ ਕੋਲ ਸ਼ਬਦ ਹੈ ਨਹੀਂ। ਜੇ ਕੰਗਣਾ ਜੀ ਨੇ ਪੂਰੇ ਭਾਰਤ ਦਾ ਅੰਦੋਲਨ ਸੀਗਾ ਅਤੇ ਉਹਦੇ ਵਿੱਚ ਕਿਹਾ ਸੀਗਾ ਵੀ ਇਹ ਜਿਹੜੀਆਂ ਬੀਬੀਆਂ ਵਾਂ ਇਹ ਟਕੇ ਟਕੇ ਦੀਆਂ ਬੀਬੀਆਂ, 200-200, 400-400 ਤੇ ਦਿਹਾੜੀ ਆਉਂਦੀਆਂ ਵਾਂ, ਇੱਥੇ ਰੋਟੀਆਂ ਪਕਾਉਣ ਆਉਂਦੀਆਂ ਵਾਂ, ਅਤੇ ਜੇ ਕੰਗਣਾ ਜੀ ਨੇ ਨਹੀਂ ਹੁਣ ਤੱਕ ਮਾਫੀ ਮੰਗੀ ਤਾਂ ਫਿਰ ਸਾਡੇ ਤੋਂ ਕੋਈ ਆਸ ਜਿਹੜੀ ਉਹ ਮਾਫੀ ਦੀ ਨਾ ਰੱਖੀ ਜਾਵੇ। ਇਹ ਦਰਅਸਲ ਜਿਹੜਾ ਥੱਪੜ ਆ ਇਹ ਕੰਗਣਾ ਜੀ ਦੀ ਨਹੀਂ, ਇਹ ਸਿਸਟਮ ਦੇ ਵਜ੍ਹਾ ਵਾ। ਇਸ ਕਰਕੇ ਭੈਣ ਜੀ ਹੁਣੀ ਚੜ੍ਹਦੀ ਕਲਾ ਦੇ ਵਿੱਚ ਆ, ਉਹ ਇਸ ਟਾਈਮ ਬੰਗਲੌਰ ਆ, ਭਾਅ ਜੀ ਦੀ ਪੋਸਟਿੰਗ ਹੋਈ ਆ, ਉਹਨਾਂ ਨਾਲ ਅਟੈਚ ਕੀਤਾ ਗਿਆ ਵਾ ਔਰ ਚੜ੍ਹਦੀ ਕਲਾ ਦੇ ਵਿੱਚ ਆ ਔਰ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਗੇ। ਆਪ ਜੀ ਨਾਲ ਕੁਛ ਭੈਣ ਕੁਲਵਿੰਦਰ ਕੌਰ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਕਰਨੀ ਆ। ਬਹੁਤ ਸਾਰੇ ਮੀਡੀਆ ਤੋਂ ਜਿਹੜੇ ਆ ਫੋਨ ਕਾਲ ਆ ਰਹੇ ਆ ਕਿ ਉਹਨਾਂ ਦੀ ਜਿਹੜੀ ਪੋਸਟਿੰਗ ਆ ਉਹ ਬੰਗਲੌਰ ਹੋ ਗਈ ਆ। ਔਰ ਅੱਜ ਦੱਸਣਾ ਚਾਹੁੰਦੇ ਹਾਂ ਕਿ ਪੋਸਟਿੰਗ ਜਿਹੜੀ ਆ ਭਾਅ ਜੀ ਵੀ ਅਤੇ ਭੈਣ ਜੀ ਦੋਵੇਂ ਇੱਕੇ ਹੀ ਮਹਿਕਮੇ ਦੇ ਵਿੱਚ ਆ, ਇਸ ਕਰਕੇ ਭਾਅ ਜੀ ਦੀ ਜਿਹੜੀ ਪੋਸਟਿੰਗ ਆ ਉਹ ਬੰਗਲੌਰ ਹੋਈ ਆ। ਇਹਨਾਂ ਨੂੰ ਨਾਲ ਜਿਹੜਾ ਵਾ ਅਟੈਚ ਕੀਤਾ ਗਿਆ ਵਾ ਔਰ ਇਹਨਾਂ ਦੀ ਇੱਥੋਂ ਜਗ੍ਹਾ ਜਿਹੜੀ ਉਹ ਬਦਲੀ ਗਈ ਆ। ਔਰ ਬੱਚੇ ਪਹਿਲਾਂ ਮੇਰੇ ਕੋਲ ਸੀਗੇ, ਬੱਚੇ ਵੀ ਉਹਨਾਂ ਦੇ ਕੋਲ ਆ ਇਸ ਟਾਈਮ,
ਉਹਨਾਂ ਨੂੰ ਉੱਥੇ ਐਡਮਿਸ਼ਨ ਮਿਲ ਗਈ ਆ ਕਿਉਂਕਿ ਛੋਟੇ ਆ ਬੱਚੇ, ਪਹਿਲੀ ਦੂਜੀ ਵਾਲੇ ਆ, ਔਰ ਬੱਚੇ ਸਕੂਲ ਜਾ ਰਹੇ ਆ ਅਤੇ ਭਾਅ ਜੀ ਆਪਣੀ ਡਿਊਟੀ 'ਤੇ ਜਾ ਰਹੇ ਆ, ਅਤੇ ਭੈਣ ਇਸ ਟਾਈਮ ਜਿਹੜੇ ਉਹਨਾਂ ਨੂੰ ਉੱਥੇ ਕੁਆਟਰ ਮਿਲੇ ਆ ਉਹਨਾਂ ਦੇ ਵਿੱਚ ਰਹਿ ਰਹੇ ਆ, ਅਤੇ ਇਨਕੁਆਇਰੀ ਚੱਲ ਰਹੀ ਆ, ਔਰ ਜਿੰਨਾ ਚਿਰ ਇਨਕੁਆਇਰੀ ਚੱਲਦੀ ਆ ਜਿੰਨਾ ਚਿਰ ਕੋਈ ਫੈਸਲਾ ਨਹੀਂ ਆਉਂਦਾ ਆਪਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਉਨ ਚਿਰ ਕਰ ਸਕਦੇ, ਕਿਉਂਕਿ ਇਨਕੁਆਇਰੀ ਚੱਲਦੀ ਆ, ਇਨਕੁਆਇਰੀ ਦੇ ਵਿੱਚ ਕੀ ਫੈਸਲਾ ਆਉਂਦਾ ਵਾ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ। ਔਰ ਭੈਣ ਜੀ ਹੁਣੀ ਚੜ੍ਹਦੀ ਕਲਾ ਦੇ ਵਿੱਚ ਆ, ਪਰਿਵਾਰ ਸਾਰਾ ਚੜ੍ਹਦੀ ਕਲਾ ਦੇ ਵਿੱਚ ਆ ਔਰ ਚੜ੍ਹਦੀ ਕਲਾ ਦੇ ਵਿੱਚ ਹੀ ਰਹੂਗਾ। ਔਰ ਦੂਸਰੀ ਆ ਜਿਹੜਾ ਕਦੇ ਕਦੇ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ 'ਤੇ ਗੱਲ ਆ ਜਾਂਦੀ ਆ ਮਾਫੀ ਦੀ, ਮਾਫੀ ਨਾਂ ਦਾ ਸਾਡੇ ਕੋਲ ਸ਼ਬਦ ਹੈ ਨਹੀਂ। ਜੇ ਕੰਗਣਾ ਜੀ ਨੇ ਪੂਰੇ ਭਾਰਤ ਦਾ ਅੰਦੋਲਨ ਸੀਗਾ ਅਤੇ ਉਹਦੇ ਵਿੱਚ ਕਿਹਾ ਸੀਗਾ ਵੀ ਇਹ ਜਿਹੜੀਆਂ ਬੀਬੀਆਂ ਵਾ ਇਹ ਟਕੇ ਟਕੇ ਦੀਆਂ ਬੀਬੀਆਂ, 200-200, 400-400 ਤੇ ਦਿਹਾੜੀ ਆਉਂਦੀਆਂ ਵਾ, ਇੱਥੇ ਰੋਟੀਆਂ ਪਕਾਉਣ ਆਉਂਦੀਆਂ ਵਾ, ਅਤੇ ਜੇ ਕੰਗਣਾ ਜੀ ਨੇ ਨਹੀਂ ਹੁਣ ਤੱਕ ਮਾਫੀ ਮੰਗੀ ਤਾਂ ਫਿਰ ਸਾਡੇ ਤੋਂ ਕੋਈ ਆਸ ਜਿਹੜੀ ਉਹ ਮਾਫੀ ਦੀ ਨਾ ਰੱਖੀ ਜਾਵੇ। ਇਹ ਦਰਅਸਲ ਜਿਹੜਾ ਥੱਪੜ ਆ ਇਹ ਕੰਗਣਾ ਜੀ ਦੀ ਨਹੀਂ, ਇਹ ਸਿਸਟਮ ਦੇ ਵਜ੍ਹਾ ਵਾ। ਇਸ ਕਰਕੇ ਭੈਣ ਜੀ ਹੁਣੀ ਚੜ੍ਹਦੀ ਕਲਾ ਦੇ ਵਿੱਚ ਆ, ਉਹ ਇਸ ਟਾਈਮ ਬੰਗਲੌਰ ਆ, ਭਾਅ ਜੀ ਦੀ ਪੋਸਟਿੰਗ ਹੋਈ ਆ, ਉਹਨਾਂ ਨਾਲ ਅਟੈਚ ਕੀਤਾ ਗਿਆ ਵਾ, ਔਰ ਚੜ੍ਹਦੀ ਕਲਾ ਦੇ ਵਿੱਚ ਆ ਔਰ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਗੇ।